ਕਿਵੇਂ ਲੱਗ ਰਿਹਾ ਦੇਖ ਕੇ ਤੈਨੂੰ? ਥੋੜੇ ਹੌਲ, ਦਿਲ ਨੂੰ ਹੌਲ ਜਿਹੇ ਪੈ ਰਹੇ ਨੇ ਆਪਣਾ। Over the edge, feel like I'm floating through the air. The pain I felt is paid for, all is said and done. Oh. ਲੈ ਸ਼ੌਂਗ ਹੈ ਭੱਜਿਆ ਰਹਾ ਹੈ। ਸਭ ਤੋਂ ਦੇਖ ਰਹਾ ਹੈ। ਠੀਕ ਹੈ, ਵਧੀਆ ਲੱਗਿਆ। ਹਾਂਜੀ, ਸਾਊਂਡ ਨਹੀਂ ਹੈ ਸਾਊਂਡ ਹੈ। ਇੱਕ ਵਾਰ ਹਾਈ ਕਰ ਦੋ। ਲਓ ਜੀ, ਆਪਣਾ ਛੋਟਾ ਬਾਈ ਕਹਿੰਦਾ ਕਹਿੰਦਾ ਆਵਾਜ਼ ਸੁਣੀ ਹੈ ਮੋਟਰਸਾਈਕਲ ਦੀ। ਮੈਂ ਕਿਹਾ ਲਓ ਜੀ ਸੁਣਾ ਦਿੰਦੇ ਹਾਂ ਤੁਹਾਨੂੰ ਆਵਾਜ਼। ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ ਨਵੇਂ ਵਲੋਗ ਦੇ ਵਿੱਚ। ਹੋਰ ਸੁਣਾਓ, ਸਾਰੇ ਜਣੇ ਠੀਕ ਠਾਕ ਹੋ? ਕੈਮ ਹੋ, ਕੈਮ ਚਾਹੀਦੇ ਹੋ ਇਹ ਜੀ। ਅੱਜ ਆਪਾਂ ਨਿਕਲੇ ਹੋਏ ਹਾਂ ਰਾਈਡ 'ਤੇ, ਸੰਡੇ ਰਾਈਡ ਨਹੀਂ ਆਪਣਾ ਜੀ। ਆਪਣੇ ਬੂਸਾ ਵਿੱਚ ਥੋੜ੍ਹਾ ਜਿਹਾ ਕੰਮ ਕਰਾਉਣਾ ਸੀਗਾ, ਉਹ ਤੁਹਾਨੂੰ ਆਪਾਂ ਉੱਥੇ ਜਾ ਕੇ ਦਿਖਾਵਾਂਗੇ ਕੀ ਕਰਾਉਣਾ। ਪਰ ਜਿਹੜੀ ਹੁਣ ਬੂਸਾ ਦੀ ਆਵਾਜ਼ ਨਾ, ਉਹ ਹੋਣੀ ਹੈ ਡਬਲ। ਕੁਛ ਐਗਜ਼ੌਸਟ ਦਾ ਕੰਮ ਕਰਾਉਣਾ ਆਪਾਂ। ਬਾਕੀ ਜੀ ਆਪਾਂ ਬ੍ਰੇਕਫਾਸਟ ਵਾਸਤੇ ਰੁਕੇ ਹਾਂ ਈਸਟਵੁੱਡ ਵਿਲੇਜ, ਅਤੇ ਚਲੋ ਹੁਣ ਕਰਦੇ ਹਾਂ ਔਡਰ ਅਤੇ ਬ੍ਰੇਕਫਾਸਟ ਕਰਕੇ ਫਿਰ ਨਿਕਲਦੇ ਹਾਂ। ਪੰਗ ਬੜੀ ਘੈਂਟ ਬੰਨੀ ਹੋਈ ਸੀ, ਦਸੇ ਵਰਗੇ ਵੱਟ ਕਰਕੇ ਕਿਵੇਂ ਲੱਗੀ? ਚਲੋ ਜੀ ਖਾਣਾ ਪੀਣਾ ਹੋ ਗਿਆ ਅਤੇ ਹੁਣ ਚੱਲਦੇ ਹਾਂ ਵਾਪਸ। ਅੱਜ ਮੌਸਮ ਵੀ ਬੜਾ ਵਧੀਆ ਜੀ, ਅੱਜ ਧੁੱਪ ਨਹੀਂ ਹੈਗੀ ਪਰ ਠੀਕ ਹੈ, ਥੋੜ੍ਹੀ ਬਹੁਤੀ ਗਰਮੀ ਹੈ ਪਰ ਮੌਸਮ ਵਧੀਆ। ਅਤੇ ਚਲੋ ਜੀ ਹੁਣ ਤੁਹਾਨੂੰ ਸਿੱਧਾ ਜਾ ਕੇ ਮਿਲਦੇ ਹਾਂ ਆਪਾਂ ਸ਼ੌਪ 'ਤੇ।
ਪਹੁੰਚ ਗਏ ਆਪਾਂ। ਅਤੇ ਜਦੋਂ ਆਪਾਂ ਚੱਲੇ ਸੀਗੇ ਈਸਟਵੁੱਡ ਵਿਲੇਜ ਤੋਂ, ਉਦੋਂ ਤਾਂ ਮੌਸਮ ਘੈਂਟ ਸੀਗਾ ਜੀ, ਪਰ ਜਦੋਂ ਪਹੁੰਚੇ ਲੁਧਿਆਣੇ ਆਪਾਂ ਮੌਸਮ ਹੋ ਗਿਆ ਗਰਮ, ਹੁਣ ਬਹੁਤ ਗਰਮੀ ਹੋ ਗਈ ਜੀ। ਆ ਕੇ ਜੈਕਟ ਜੁਕਟ ਖੋਲ੍ਹੀ ਆਪਾਂ ਅਤੇ ਪਾਣੀ ਪੂਣੀ ਪੀਤਾ। ਚਲੋ ਤੁਹਾਨੂੰ ਦਿਖਾਉਂਦੇ ਹਾਂ, ਆ ਹੈ ਜੀ ਪਾਈਪਸ। ਆ ਪਾਉਣੀ ਆਣੀ ਆਪਾਂ ਇਹਦੇ ਵਿੱਚ, ਅਤੇ ਇਹਦੇ ਨਾਲ ਜਿਹੜਾ ਆਪਣਾ ਐਗਜ਼ੋਸਟ ਹੈ ਉਹ ਹੋ ਜਾਊਗਾ ਫੁੱਲ ਸਿਸਟਮ, ਅਤੇ ਆਵਾਜ਼ ਹੋ ਜਾਣੀ ਹੈ ਡਬਲ। ਦੇਖਿਓ ਤੁਸੀਂ ਬਣਦਾ ਕੀ ਭਾਈ ਨੇ ਸਾਰੀ ਬਾਈਕ ਖੋਲ੍ਹਤੀ। ਕਿਵੇਂ ਲੱਗ ਰਿਹਾ ਦੇਖ ਕੇ ਤੈਨੂੰ? ਥੋੜ੍ਹਾ ਹੌਲ, ਦਿਲ ਨੂੰ ਹੌਲ ਜਿਹੇ ਪੈ ਰਹੇ ਨੇ ਆਪਣਾ, ਇੰਨਾ ਜਿਹੜਾ ਹੁੰਦਾ ਆਪਣਾ ਦਿਲ ਦੇ ਕਰੀਬ ਬਾਈਕ ਉਹ ਇੱਦਾਂ ਖੁੱਲ੍ਹ ਦੇਖੇ ਨੂੰ, ਅਤੇ ਕੋਈ ਨਹੀਂ, ਕੋਈ ਵੀ ਵਧੀਆ ਵਾਸਤੇ ਕਰ ਰਿਹਾ। ਚਲੋ ਜੀ ਹੁਣ ਫਿਰ ਆ ਪਾਵਾਂਗੇ, ਫਿਰ ਤੁਹਾਨੂੰ ਸੁਣਾਵਾਂਗੇ ਆਵਾਜ਼। ਜਿਹੜਾ ਆਹ ਲੱਗਿਆ ਹੋਇਆ ਜੀ ਇਹਨੂੰ ਆਪਾਂ ਰਿਮੂਵ ਕਰ ਦੇਣਾ, ਅਤੇ ਇਹਦੀ ਜਗ੍ਹਾ ਫਿਰ ਲੱਗੂਗਾ ਆਹ। ਲਓ ਜੀ, ਭਾਜੀ ਕਹਿੰਦੇ 150% ਆਵਾਜ਼ ਹੋ ਜਾਣੀ ਹੈ, ਅਤੇ ਬਾਕੀ ਤੁਹਾਨੂੰ ਫਿਰ ਚੇਂਜ ਕਰਕੇ ਸੁਣਾਉਂਦੇ ਹਾਂ ਆਵਾਜ਼। ਆਹ ਦੇਖੋ ਜੀ, ਇਹਨੂੰ ਕਹਿੰਦੇ ਆ ਡੀ ਕੈਟ। ਆਹ ਦੇਖੋ, ਆਹ ਦੇ ਵਿੱਚ ਜਿਹੜਾ ਫਿਲਟਰ ਲੱਗਿਆ ਹੋਇਆ ਆਹ ਆਵਾਜ਼ ਨੂੰ ਰੋਕਦਾ, ਅਤੇ ਹੁਣ ਆਪਾਂ ਰਿਮੂਵ ਕਰਤਾ, ਇਹਦੀ ਜਗ੍ਹਾ ਪਾ ਦਿੱਤਾ ਆਹ ਫਰੀ ਫਲੋਜ਼ ਪਾਈਪ, ਅਤੇ ਹੁਣ ਆਵਾਜ਼ ਦੇਖ ਲਓ ਤੁਸੀਂ। ਚਲੋ ਮੈਂ ਕਿਹਾ ਜੀ ਹੋ ਗਿਆ ਆਪਣਾ ਐਗਜ਼ੋਸਟ ਫੁੱਲ ਸਿਸਟਮ, ਹੁਣ ਟਾਪੇ ਟੂਪੇ 'ਚ ਹੋ ਰਿਹਾ ਫਿੱਟ। ਬਾਕੀ ਜੀ ਇੱਥੇ ਤੁਸੀਂ ਹੈਲਮੇਟ ਵੀ ਹੈਗੇ ਨੇ ਆਪਣੇ ਕੋਲ, ਲਾਈਟਸ ਵੀ ਹੈ, ਜੈਕਟਸ ਵੀ ਨੇ, ਸਭ ਕੁਛ ਹੈ ਉਰੇ, ਤੁਸੀਂ ਆ ਕੇ ਦੇਖ ਸਕਦੇ ਹੋ ਨਾਲੇ, ਅਤੇ ਬਾਕੀ ਸਭ ਕੁਛ ਮਿਲ ਜੂਗਾ। ਇੱਕ ਜੋ ਰਾਈਡਰ ਨੂੰ ਲੋੜ ਹੁੰਦੀ ਹੈ ਚੀਜ਼ ਦੀ, ਅਸੈਸਰੀ, ਲਾਈਟਸ, ਪੈਨੀਅਰ, ਜੈਕਟਸ, ਗਾਰਡ, ਆ ਬੈਗ ਹੋ ਗਏ, ਟੈਂਕ ਪੈਡਸ, ਸਾਈਡ ਬੈਗ, ਮਤਲਬ ਜੋ ਵੀ ਕੁਛ ਆਪਾਂ ਨੂੰ ਲੋੜ ਪੈਂਦੀ ਹੈ ਰਾਈਡਿੰਗ ਵਿੱਚ
ਸਭ ਕੁਛ ਹੈ। ਅਤੇ ਭਾਈ ਦਾ ਪੇਜ ਵੀ ਹੈ ਇੰਸਟਾਗ੍ਰਾਮ 'ਤੇ, ਕਿ ਜਿਹਨਾਂ ਨੂੰ ਜੋ ਚੀਜ਼ ਦੀ ਲੋੜ ਹੈ ਉਹਦਾ ਫਿਰ ਮੰਗਾ ਲੈਂਦਾ। ਅਤੇ ਚਲੋ ਜੀ, ਆਪਣਾ ਵੀ ਕੰਮ ਹੋ ਗਿਆ ਅਤੇ ਹੁਣ ਬਸ ਆਪਾਂ ਵੀ ਚੱਲਦੇ ਹਾਂ ਫਿਰ ਜੀ। ਹੁਣ ਸੁਣਿਓ ਜੀ ਆਵਾਜ਼ ਤੁਸੀਂ, ਕਮੈਂਟ ਕਰਕੇ ਜ਼ਰੂਰ ਦੱਸਿਓ। ਉਹ ਕਿੰਨਾ ਘੈਂਟ ਸਨਸੈਟ ਹੋ ਰਿਹਾ। ਅਤੇ ਚਲੋ ਜੀ ਠੀਕ ਹੈ ਜੀ, ਆਪਾਂ ਵਲੋਗ ਨੂੰ ਉਰੀ ਐਡ ਕਰਦੇ ਹਾਂ। ਜੇ ਤੁਹਾਨੂੰ ਆਹ ਵਲੋਗ ਪਸੰਦ ਆਇਆ ਹੋਇਆ, ਇਨਫੋਰਮੇਟਿਵ ਲੱਗਿਆ ਹੋਇਆ, ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਵੀਡੀਓ ਵਿੱਚ ਕੁਛ ਵੀ ਅੱਛਾ ਲੱਗਿਆ ਹੋਇਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਤੁਹਾਨੂੰ ਮਿਲਦੇ ਹਾਂ ਜੀ ਹੁਣ ਆਪਾਂ ਅਗਲੇ ਵਲੋਗ 'ਚ, ਠੀਕ ਹੈ ਜੀ, ਓਕੇ ਬਾਏ। ਕਿਹੋ ਜਿਹਾ ਲੱਗਿਆ ਬਾਈਕ? ਬਹੁਤ ਵਧੀਆ, ਚਲੋ ਠੀਕ ਹੈ, ਓਕੇ ਬਾਏ। ਨਾਮ ਕੀ ਹੈ ਚੈਨਲ ਦਾ? ਹਾਈਵੇ ਕਿੰਗ।